125 गज ड्यूप्लेक्स हाउस प्राइम लोकेशन। ਪੱਚੀ ਗਜ ਡਿਊਪਲੈਕਸ ਹਾਊਸ ਅੰਦਰੋਂ ਸੀੜੀ ਔਰ ਨਜ਼ਦੀਕ ਪਾਰਕ ਦੇ 125 ਸਕੁਏਅਰ ਯਾਰਡ। ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ, ਨਮਸਕਾਰ ਦੋਸਤੋ। ਦੋਸਤੋ, ਮੈਂ ਮੋਹਾਲੀ ਪ੍ਰੋਪਰਟੀ ਸਰ ਚੈਨਲ ਤੋਂ ਗੁਰਮਨ ਬੋਲ ਰਿਹਾ। ਅੱਜ ਤੁਹਾਡੇ ਵਾਸਤੇ ਕੋਠੀ ਲੈ ਕੇ ਆਇਆ ਦੋਸਤੋ। 125 ਗਜ ਦੀ ਡਬਲ ਸਟੋਰੀ ਹੈ, ਡਿਊਪਲੈਕਸ ਹਾਊਸ ਹੈ ਔਰ ਰੀਜ਼ਨੇਬਲ ਪ੍ਰਾਈਸ 'ਤੇ ਹੈ। ਇਹ ਆ ਜਾਂਦਾ ਫਰੰਟ ਐਲੀਵੇਸ਼ਨ, ਅੰਦਰੋਂ ਸੀੜੀ ਦਿੱਤੀ ਹੋਈ ਹੈ, ਈਸਟ ਫੇਸਿੰਗ ਕੋਠੀ ਹੈਗੀ ਹੈ ਦੋਸਤੋ। ਸਭ ਤੋਂ ਅੱਛੀ ਗੱਲ ਹੈ ਕਿ ਪ੍ਰੋਪਰ ਸੜਕਾਂ ਪਈ ਹੋਈ ਹੈ, ਤੁਸੀਂ ਦੇਖ ਸਕਦੇ ਹੋ, ਵਾਟਰ ਸੀਵਰੇਜ ਕਨੈਕਸ਼ਨ ਸਾਰੇ ਪਏ ਹੋਏ ਹੈ। ਸਾਰੀ ਰਹਿਸ਼ ਹੈਗੀ, ਅਗਰ ਮੈਂ ਰਹਿਸ਼ ਦਿਖਾਵਾਂ ਤਾਂ ਪ੍ਰੋਪਰ ਰਹਿਸ਼ ਹੈਗੀ ਹੈ ਦੋਸਤੋ। ਅਤੇ ਦੋਸਤੋ, ਇਹ ਆ ਜਾਂਦਾ ਇਹਦਾ ਫਰੰਟ ਐਲੀਵੇਸ਼ਨ, ਤੁਸੀਂ ਦੇਖ ਸਕਦੇ ਹੋ ਇਹ ਫਰੰਟ ਐਲੀਵੇਸ਼ਨ ਹੈਗਾ ਔਰ ਬਹੁਤ ਹੀ ਅੱਛੀ ਲੋਕੇਸ਼ਨ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਦੋਸਤੋ। ਦੋਸਤੋ, ਇਸ ਕੋਠੀ ਦੇ ਨਾਲ ਆ ਪਾਰਕ ਬਿਲਕੁਲ ਨਜ਼ਦੀਕ ਆ ਜਾਂਦਾ, ਜੋਗਿੰਗ ਟਰੈਕ ਹੈ, ਸਾਰੇ ਸੈਰ ਕਰ ਰਹੇ ਹੈ। ਬਹੁਤ ਵੱਡਾ ਪਾਰਕ ਹੈਗਾ, ਤੁਸੀਂ ਦੇਖ ਸਕਦੇ ਹੋ, ਪ੍ਰੋਪਰ ਜੋਗਿੰਗ ਟਰੈਕ ਹੈ। ਸ਼ਾਮੀ ਸਵੇਰੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਇੱਥੇ ਖੇਡਦੇ ਆ ਔਰ ਇਹ ਕੋਠੀ ਬਿਲਕੁਲ ਇਹਦੇ ਨਾਲ ਨਜ਼ਦੀਕ ਪੈਂਦੀ ਹੈ ਦੋਸਤੋ। ਵਾਕਿੰਗ ਡਿਸਟੈਂਸ ਪਾਰਕ ਹੈਗਾ, ਮਾਰਕੀਟ ਵੀ ਬਿਲਕੁਲ ਨਾਲ ਪੈਂਦੀ ਹੈ ਦੋਸਤੋ। ਇਹ ਕੋਠੀ ਆ ਗਈ ਹੈ 125 ਗਜ ਦੀ ਔਰ ਇਹ ਹੈਗਾ ਇਹਦਾ ਫਰੰਟ ਐਲੀਵੇਸ਼ਨ। ਹੁਣ ਆਪਾਂ ਅੰਦਰ ਚੱਲ ਕੇ ਦੇਖਦੇ ਹਾਂ। ਇੱਕ ਵੱਡੀ ਕਾਰ ਤੁਹਾਡੀ ਬਾਹਰ ਲੱਗ ਜਾਂਦੀ ਹੈ ਔਰ ਇੱਕ ਕਾਰ ਅੰਦਰ ਲੱਗ ਜਾਂਦੀ ਹੈ, ਦੋ ਕਾਰ ਆਰਾਮ ਨਾਲ ਲੱਗ ਜਾਂਦੀ ਹੈ। ਔਰ ਦੋਸਤੋ, ਜਿਵੇਂ ਕਿ ਆਪਾਂ ਹੁਣ ਅੰਦਰ ਚੱਲ ਰਹੇ ਹਾਂ ਇਸ ਕੋਠੀ ਨੂੰ ਦੇਖਣ ਲਈ, ਔਰ ਜਿਵੇਂ ਆਪਾਂ ਮੈਂ ਦੱਸਿਆ ਸੀਗਾ ਤੁਹਾਨੂੰ, ਇੱਕ ਇੱਥੇ ਵੱਡੀ ਕਾਰ ਲੱਗ ਜਾਂਦੀ ਹੈ, ਗ੍ਰੇਨਾਈਟ ਲੱਗਿਆ ਪ੍ਰੋਪਰ, ਉਹ ਟੈਕਸਚਰ ਹੋਇਆ ਤੁਸੀਂ ਦੇਖੋਗੇ, ਉੱਪਰ ਵੀ ਸਾਰੀ ਲਾਈਟਸ ਲੱਗੀ ਹੋਈ ਹੈ ਦੋਸਤੋ। ਇੱਥੇ ਤੁਹਾਡੇ ਦੋ ਤਿੰਨ ਟੂ ਵੀਲਰਸ ਈਜ਼ਲੀ ਖੜ੍ਹ ਜਾਂਦੇ ਆ। ਵਾਟਰ ਸਟੋਰੇਜ ਟੈਂਕ ਦਿੱਤਾ ਹੋਇਆ ਔਰ ਪ੍ਰੋਪਰ ਟਾਈਲਿੰਗਸ ਹੋਈ ਹੈ, ਤੁਸੀਂ ਦੇਖ ਸਕਦੇ ਹੋ ਦੋਸਤੋ। ਉੱਪਰ ਵੀ ਸਾਰਾ ਜਿਹੜਾ ਹੈਗਾ ਵੁਡਨ ਕੀਤਾ ਹੋਇਆ ਦੋਸਤੋ। ਦੋਸਤੋ, ਇਹ ਡਿਊਪਲੈਕਸ ਹਾਊਸ ਹੈ, ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਤੇ ਹੈ। ਅਗਰ ਇਹਦੀ ਪ੍ਰਾਈਸ ਜਾਣਨਾ ਚਾਹੁੰਦੇ ਹੋ, ਮੈਂ ਡਿਸਕ੍ਰਿਪਸ਼ਨ 'ਤੇ ਵੀ ਮੈਨਸ਼ਨ ਕੀਤੀ ਹੈ, ਬਟ ਘੱਟੋ ਘੱਟ ਪ੍ਰਾਈਸ ਜਾਣਨ ਲਈ ਤੁਸੀਂ ਮੈਨੂੰ ਮੇਰੇ ਨੰਬਰਾਂ 'ਤੇ ਕਾਲ ਕਰਿਓ, 7888-9617-21 'ਤੇ। ਅਤੇ ਦੋਸਤੋ, ਉੱਪਰ ਤੁਸੀਂ ਦੇਖੋਗੇ, ਹੁਣ ਆਪਾਂ ਅੰਦਰ ਐਂਟਰ ਹੋ ਗਏ ਹਾਂ, ਉਹ ਸੀਗੀ ਆਪਣੀ ਮੇਨ ਐਂਟਰੈਂਸ। ਅਤੇ ਤੁਹਾਨੂੰ ਦਿਖਾਉਣਾ ਚਾਹਾਂਗਾ, ਇਹ ਆ ਜਾਂਦੀ ਆਪਣੀ ਡਰਾਇੰਗ ਰੂਮ ਸਪੇਸ। ਡਰਾਇੰਗ ਰੂਮ ਸਪੇਸ ਦੇ ਵਿੱਚ ਉਹ ਸਾਹਮਣੇ LED ਪੈਨਲ ਹੈ, L ਸ਼ੇਪ 'ਚ ਆਰਾਮ ਨਾਲ ਵੱਡਾ ਸੋਫਾ ਲੱਗਦਾ ਤੁਸੀਂ ਦੇਖ ਸਕਦੇ ਹੋ, ਔਰ ਵਾਲਪੇਪਰ ਵੀ ਲੱਗਿਆ ਹੋਇਆ, ਉੱਪਰ ਲਾਈਟਸ ਵੀ ਲੱਗੀ ਹੋਈ ਹੈ। ਇਸ ਦੇ ਵਿੱਚ ਇੱਕ ਖਾਸੀਅਤ ਇਹ ਹੈ ਕਿ ਡਿਊਪਲੈਕਸ ਹੈ, ਅੰਦਰੋਂ ਸੀੜੀ ਦਿੱਤੀ, ਉੱਪਰ ਦੋ ਕਮਰੇ ਹੈ, ਨੀਚੇ ਜਿਹੜਾ ਹੈਗਾ ਵਨ ਰੂਮ ਸੈੱਟ ਦਿੱਤਾ ਹੋਇਆ। ਆ ਜਾਂਦਾ ਪਹਿਲਾ ਰੂਮ, ਇੱਕ ਵੱਡੀ ਫੈਮਿਲੀ ਵਾਸਤੇ ਸਫੀਸ਼ੀਐਂਟ ਹੈ। ਆ ਗਿਆ ਉੱਪਰ ਸਾਰੀ ਫਾਲ ਸੀਲਿੰਗ ਆ ਗਈ, ਇਹ ਆ ਗਿਆ ਪਹਿਲਾ ਰੂਮ। ਆ ਮੈਂ ਪਹਿਲਾ ਰੂਮ ਦਿਖਾ ਦਿੰਦਾ ਤੁਹਾਨੂੰ, ਆ ਹੈਗਾ ਆਪਣਾ ਪਹਿਲਾ ਰੂਮ ਦੋਸਤੋ। ਇੱਥੇ ਬੈੱਡ ਲੱਗਣ ਤੋਂ ਬਾਅਦ ਬਹੁਤ ਜਗ੍ਹਾ ਬਚਦੀ ਹੈ। ਆ ਸਾਹਮਣੇ LED ਪੈਨਲ ਦਿੱਤਾ ਹੋਇਆ, ਤੁਸੀਂ ਦੇਖ ਸਕਦੇ ਹੋ, ਫੁੱਲ ਸਾਈਜ਼ ਕਪਬੋਰਡਸ ਵੀ ਬਣੀ ਹੋਈ ਹੈ। ਆ ਗਿਆ ਆਪਣਾ LED ਪੈਨਲ, ਆਰਾਮ ਨਾਲ ਤੁਸੀਂ ਬੈਠ ਕੇ ਆਪਣਾ ਜਿਹੜਾ ਹੈਗਾ TV ਦੇਖ ਸਕਦੇ ਹੋ। ਅਟੈਚ ਵਾਸ਼ਰੂਮ ਆ ਜਾਂਦਾ, ਸੈਨੇਟਰੀ ਫਿਟਿੰਗ ਜਿਹੜੀ ਹੈਗੀ ਮੌਕੇ 'ਤੇ ਹੋਊਗੀ ਦੋਸਤੋ। ਉਹ ਸੀਗਾ ਆਪਣਾ ਪਹਿਲਾ ਰੂਮ, ਅਟੈਚ ਵਾਸ਼ਰੂਮ।
ਹੁਣ ਆਪਾਂ ਦੇਖਦੇ ਹਾਂ ਮਾਡਲਰ ਕਿਚਨ ਆ ਗਈ ਹੈ। ਕਿਚਨ ਦੀ ਸੈਲਫ ਦੋਨੋਂ ਤਰਫ ਦਿੱਤੀ ਹੋਈ ਹੈ, ਤੁਸੀਂ ਦੇਖ ਸਕਦੇ ਹੋ ਬਾਕਸਿਸ ਦੋਨੋਂ ਤਰਫ ਦਿੱਤੇ ਹੋਏ ਹੈ। ਕਿਚਨ ਕਾਫੀ ਵੱਡੀ ਹੈਗੀ ਹੈ ਕਿਉਂਕਿ ਬੋਥ ਸਾਈਡ ਜਿਹੜੇ ਹੈਗੇ ਬਾਕਸਿਸ ਦਿੱਤੇ ਹੋਏ ਹੈ, ਇਸ ਸਾਈਡ ਵੀ ਬਾਕਸਿਸ ਦਿੱਤੇ ਹੋਏ ਹੈ ਔਰ ਇਸ ਸਾਈਡ ਵੀ ਬਾਕਸਿਸ ਦਿੱਤੇ ਹੋਏ ਆ। ਇਹਦੇ ਨਾਲ ਲਾਈਟਸ ਬਹੁਤ ਪਿਆਰੀ ਲੱਗ ਰਹੀਆਂ, ਤੁਸੀਂ ਦੇਖ ਸਕਦੇ ਹੋ ਡਬਲ ਜਿਹੜੀ ਹੈਗੀ ਸ਼ੈਂਕ ਹੈਗੀ ਜੋ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ ਉਹੀ ਲੱਗੀ ਹੋਈ ਹੈ। ਤੁਹਾਡਾ ਵੱਡਾ ਫਰੀਜ਼ਰ ਇਸ ਬਲੋਕ ਦੇ ਵਿੱਚ ਆ ਜਾਊਗਾ ਔਰ ਕਪੈਸਿਟੀ ਬਹੁਤ ਹੈ ਸਮਾਨ ਰੱਖਣ ਦੀ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊਗੀ। ਇੱਕ ਚੀਜ਼ ਇਹਦੇ ਵਿੱਚ ਹੋਰ ਅੱਛੀ ਦਿੱਤੀ ਹੋਈ ਹੈ, ਉੱਪਰ ਐਗਜ਼ੌਸਟ ਤਾਂ ਛੱਡਿਆ ਹੀ ਹੋਇਆ ਦੋਸਤੋ, ਪਲੱਸ ਇਹ ਵਿੰਡੋ ਵੀ ਦੇਤੀ ਹੈ। ਇਹ ਵਿੰਡੋ ਦਾ ਇਹ ਬੈਨੀਫਿਟ ਹੈ ਕੱਲ੍ਹ ਨੂੰ ਮਤਲਬ ਕੁਕਿੰਗ ਕਰਦੇ ਹੋ ਤਾਂ ਵੈਂਟੀਲੇਸ਼ਨ ਬਹੁਤ ਪ੍ਰੋਪਰ ਰਹੇਗੀ ਇਹਦੇ ਵਿੱਚ। ਹੁਣ ਮੈਂ ਪਿਛਲਾ ਬੇੜਾ ਦਿਖਾ ਦਿੰਦਾ ਦੋਸਤੋ, ਪਿਛਲੇ ਆ ਵਾਸ਼ਿੰਗ ਏਰੀਆ ਆ ਜਾਂਦਾ, ਪਿਛਲਾ ਬੇੜਾ ਕਾਫੀ ਵੱਡਾ ਹੈਗਾ। ਇੱਥੇ ਤੁਸੀਂ ਸ਼ੈੱਡ ਪਾ ਕੇ ਇਹਨੂੰ ਸਟੋਰ ਵੀ ਜਿਹੜਾ ਹੈਗਾ ਬਣਾ ਸਕਦੇ ਹੋ। ਉਹ ਸੀਗਾ ਆਪਣਾ ਪਹਿਲਾ ਰੂਮ ਜਿਵੇਂ ਕਿ ਤੁਹਾਨੂੰ ਦਿਖਾਇਆ ਸੀਗਾ ਦੋਸਤੋ। ਅਤੇ ਦੋਸਤੋ ਇਹ ਸੀਗੀ ਆਪਣੀ ਮਾਡਲਰ ਕਿਚਨ ਔਰ ਇਹ ਆ ਗਈ ਆਪਣੀ ਡਰਾਇੰਗ ਰੂਮ ਸਪੇਸ, ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਮੈਂ ਦਿਖਾ ਰਿਹਾ ਸੀਗਾ, ਆ ਗਈ ਆਪਣੀ ਡਰਾਇੰਗ ਰੂਮ ਸਪੇਸ। ਨੀਚੇ ਵਨ ਰੂਮ ਸੈੱਟ ਹੈ, ਉੱਪਰ ਟੂ ਰੂਮ ਸੈੱਟ ਹੈ ਔਰ ਇੱਕ ਛੋਟਾ ਜਿਹਾ ਸਾਹਮਣੇ ਦੇਖ ਸਕਦੇ ਹੋ ਤੁਸੀਂ ਹੈਂਡ ਵਾਸ਼ ਦੀ ਵੀ ਆਪਸ਼ਨ ਦਿੱਤੀ ਹੈ। ਅਗਰ ਡਰਾਇੰਗ ਰੂਮ 'ਚ ਬੈਠਾ ਤਾਂ ਉਹਨੂੰ ਰੂਮ 'ਚ ਜਾਣ ਦੀ ਜ਼ਰੂਰਤ ਨਹੀਂ ਪੈਣੀ ਔਰ ਨੀਚੇ ਵੀ ਸਾਰੇ ਜਿਹੜੀ ਹੈਗੀ ਹੈ ਟਾਇਲਸ ਲੱਗੀ ਹੋਈ ਹੈ। ਇੱਕ ਛੋਟਾ ਵਾਸ਼ਰੂਮ ਇਸ ਸਾਈਡ ਵੀ ਦਿੱਤਾ ਹੈਗਾ, ਅਗਰ ਕੋਈ ਗੈਸਟ ਆ ਜਾਂਦਾ ਅਗਰ ਯੂਜ਼ ਕਰਨਾ ਚਾਹੁੰਦਾ ਤਾਂ ਇਸ ਵਾਸ਼ਰੂਮ ਨੂੰ ਯੂਜ਼ ਕਰ ਸਕਦਾ ਦੋਸਤੋ। ਅਤੇ ਦੋਸਤੋ ਇਹ ਡਿਊਪਲੈਕਸ ਘਰ ਹੈ, ਆ ਸਾਹਮਣੇ ਆ ਗਈ ਆਪਣੀ ਤੁਸੀਂ ਦੇਖ ਸਕਦੇ ਹੋ ਮੇਨ ਐਂਟਰੈਂਸ ਔਰ ਇਹ ਆ ਗਿਆ ਆਪਣਾ ਡਰਾਇੰਗ ਰੂਮ, ਉਹ ਆ ਗਈ ਆਪਣੀ ਮਾਡਲਰ ਕਿਚਨ ਔਰ ਇੱਕ ਵਾਰੀ ਫਿਰ ਦੱਸ ਰਿਹਾ ਇਹ ਆ ਗਿਆ ਆਪਣਾ ਪਹਿਲਾ ਰੂਮ ਅਟੈਚ ਵਾਸ਼ਰੂਮ ਔਰ ਇੱਕ ਛੋਟਾ ਵਾਸ਼ਰੂਮ ਉਹ ਸਾਹਮਣੇ ਆ ਗਿਆ ਔਰ ਹੈਂਡ ਵਾਸ਼ ਦੀ ਆਪਸ਼ਨ ਦਿੱਤੀ ਹੋਈ ਹੈ। ਹੁਣ ਦੋਸਤੋ ਆਪਾਂ ਫਸਟ ਫਲੋਰ 'ਤੇ ਚੱਲਦੇ ਹਾਂ, ਆ ਫਸਟ ਫਲੋਰ 'ਤੇ ਆ ਗਿਆ ਤੁਸੀਂ ਦੇਖ ਸਕਦੇ ਹੋ ਔਰ ਫਸਟ ਫਲੋਰ 'ਤੇ ਤੁਸੀਂ ਦੇਖ ਸਕਦੇ ਹੋ ਵਾਲਪੇਪਰ ਲੱਗਿਆ, ਉੱਪਰ ਸਾਰੀ ਫਾਲ ਸੀਲਿੰਗ ਹੋਈ ਹੈ, ਉੱਪਰ ਦੋ ਰੂਮਸ ਦਿੱਤੇ ਹੈ। ਬੇਸਿਕਲੀ ਇਹ 3 BHK ਹੋ ਜਾਂਦੀ ਹੈ, ਉੱਪਰ ਦੋ ਰੂਮਸ ਔਰ ਨੀਚੇ ਵਨ ਰੂਮ ਸੈੱਟ। ਅਤੇ ਦੋਸਤੋ ਇਹ ਸਟੇਅਰਸ ਆ ਰਹੀ ਹੈ, ਤੁਸੀਂ ਦੇਖ ਸਕਦੇ ਹੋ ਐਂਟਰ ਕਰਦੇ ਹੀ ਆ ਛੋਟੀ ਜਿਹੀ ਇੱਕ ਲੌਬੀ ਬਣ ਜਾਂਦੀ ਹੈ। ਇੱਥੇ ਤੁਸੀਂ ਪੂਜਾ ਘਰ ਬਣਾਇਆ ਤੁਸੀਂ ਦੇਖ ਸਕਦੇ ਹੋ, ਬਹੁਤ ਅੱਛਾ ਔਰ ਬੈਠਣ ਨੂੰ ਕਾਫੀ ਜਗ੍ਹਾ ਬਚਦੀ ਹੈ, ਜਗ੍ਹਾ ਨੂੰ ਯੂਟੀਲਾਈਜ਼ ਕੀਤਾ ਆਰਕੀਟੈਕਟ ਨੇ। ਇਹ ਆ ਗਿਆ ਦੋਸਤੋ ਸੈਕਿੰਡ ਰੂਮ, ਤੁਸੀਂ ਦੇਖ ਸਕਦੇ ਹੋ ਫੁੱਲ ਸਾਈਜ਼ ਕਪਬੋਰਡਸ ਬਣੀ ਹੋਈ ਹੈ, LED ਪੈਨਲ ਬਣਿਆ ਹੋਇਆ ਔਰ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਜਿਹੜਾ ਹੈਗਾ ਪਿੱਛੇ ਵਾਲਪੇਪਰ ਲੱਗਿਆ ਹੋਇਆ ਦੋਸਤੋ। ਇਹ ਆ ਗਿਆ ਦੋਸਤੋ ਆਪਣਾ ਦੂਸਰਾ ਰੂਮ, ਜਿਵੇਂ ਕਿ ਮੈਂ ਇੱਕ ਵਾਰੀ ਫੇਰ ਦੱਸ ਦਿੰਦਾ, ਆਪਾਂ ਇੱਧਰੋਂ ਐਂਟਰ ਹੋਏ ਸੀਗੇ, ਆਹ ਮੰਦਿਰ ਦੀ ਆਪਸ਼ਨ ਦਿੱਤੀ ਹੋਈ ਹੈ, ਨੀਚੇ ਸਟੇਅਰਸ ਹੈਗੀ ਹੈ, ਆਹ ਸਟੇਅਰਸ ਨੂੰ ਮੈਂ ਐਂਟਰ ਕਰਦੇ ਹੀ ਜਿਹੜਾ ਹੈਗਾ ਦੂਸਰਾ ਰੂਮ ਆ ਜਾਂਦਾ ਅਟੈਚ ਵਾਸ਼ਰੂਮ ਜਿਹੜਾ ਮੈਂ ਹੁਣੀ ਤੁਹਾਨੂੰ ਦਿਖਾਇਆ ਸਰ। ਅਤੇ ਦੋਸਤੋ ਹੁਣ ਆਪਾਂ ਦੇਖਦੇ ਥਰਡ ਰੂਮ, ਆਹ ਥਰਡ ਰੂਮ ਆ ਗਿਆ, ਸੇਮ ਤੁਸੀਂ ਦੇਖ ਸਕਦੇ ਉੱਪਰ ਸਾਰੀ ਫਾਲ ਸੀਲਿੰਗ ਹੋਈ ਹੋਈ ਹੈ ਔਰ ਇਹ ਆ ਗਿਆ ਆਪਣਾ ਤੀਸਰਾ ਰੂਮ, ਫੁੱਲ ਸਾਈਜ਼ ਕਪਬੋਰਡਸ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ। ਔਰ ਦੋਸਤੋ ਤੀਸਰਾ ਰੂਮ ਦਾ ਇਹ ਵਾਸ਼ਰੂਮ ਆ ਜਾਂਦਾ ਥਰਡ ਵਾਸ਼ਰੂਮ, ਵਾਸ਼ਰੂਮ ਸਾਈਜ਼ ਕਾਫੀ ਵੱਡਾ ਹੈਗਾ ਤੀਸਰੇ ਦਾ, ਆਹ ਤੁਸੀਂ ਦੇਖ ਸਕਦੇ ਹੋ ਟੋਪ ਤੱਕ ਜਿਹੜੀ ਹੈਗੀ ਟਾਇਲਿੰਗਸ ਲੱਗੀ ਹੋਈ ਹੈ ਦੋਸਤੋ। ਦੋਸਤੋ ਇਹਦਾ ਇੱਕ ਬੈਨੀਫਿਟ ਹੋਰ ਹੈ ਥਰਡ ਦਾ ਕਿ ਬਾਲਕੋਲੀ ਨੂੰ ਚਲਿਆ ਜਾਂਦਾ, ਆ ਜਾਂਦਾ ਟਫਨ ਗਲਾਸ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਲਾਈਟਿੰਗਸ ਨਾਲ ਬਹੁਤ ਪਿਆਰਾ ਲੱਗ ਰਿਹਾ, ਬਾਹਰ ਸਾਰੀ ਜਿਹੜੀ ਹੈਗੀ ਹੈ ਟਾਇਲਸ ਲੱਗੀ ਹੋਈ ਹੈ ਦੋਸਤੋ। ਮੈਂ ਉੱਪਰੋਂ ਦੀ ਦਿਖਾ ਰਿਹਾ, ਪ੍ਰੋਪਰ ਜਿਹੜੀ ਹੈਗੀ ਕਿ ਉੱਥੇ ਤੁਹਾਡੀ ਕਾਰ ਲੱਗ ਜਾਂਦੀ ਹੈ, ਉਸ ਤਰ੍ਹਾਂ ਤੁਸੀਂ ਗਰਾਸ ਲਾ ਸਕਦੇ ਜਿਵੇਂ ਨਾਲ ਵਾਲੇ ਨੇ ਲਗਾਇਆ ਔਰ ਪ੍ਰੋਪਰ ਰਹਿਸ਼ ਹੈਗੀ ਹੈ। ਦੋਸਤੋ ਆਪਾਂ ਇੱਥੋਂ ਦੀ ਆਏ ਸੀਗੇ,
ਆਹ ਸਾਹਮਣੇ ਮੰਦਿਰ ਆ ਜਾਂਦਾ, ਮੈਂ ਤੁਹਾਨੂੰ ਦਿਖਾਇਆ ਸੀਗਾ। ਔਰ ਇਹ ਆ ਗਿਆ ਆਪਣਾ ਥਰਡ ਰੂਮ, ਅਟੈਚ ਵਾਸ਼ਰੂਮ, ਤੁਸੀਂ ਦੇਖ ਸਕਦੇ ਹੋ। ਔਰ ਇਸੀ ਤਰ੍ਹਾਂ ਇਹ ਸਿਟਿੰਗ ਏਰੀਆ ਆ ਜਾਂਦਾ, ਇੱਥੇ ਵੀ ਤੁਸੀਂ ਆਪਣਾ ਬੈਠ ਕੇ LED ਦੇਖ ਸਕਦੇ ਹੋ। ਅਤੇ ਦੋਸਤੋ, ਇਹ ਆ ਗਿਆ ਆਪਣਾ ਸੈਕਿੰਡ ਰੂਮ, ਅਟੈਚ ਵਾਸ਼ਰੂਮ। ਔਰ ਇਹ ਆ ਗਿਆ ਆਪਣਾ ਪਿਛਲਾ ਬੇੜਾ, ਆਹ ਪਿਛਲਾ ਬੇੜਾ ਵੀ ਦਿਖਾ ਦਿੰਦਾ, ਆਹ ਪਿਛਲਾ ਬੇੜਾ ਆ ਗਿਆ। ਔਰ ਟੋਪ ਤੱਕ ਜਿਹੜੀ ਹੈਗੀ ਸਟੇਅਰ ਜਾ ਰਹੀ ਹੈ। ਅਗਰ ਤੁਸੀਂ ਸਰਦੀਆਂ 'ਚ ਬੈਠਣਾ ਚਾਹੁੰਦੇ ਹੋ, ਇੱਥੇ ਬੈਠ ਸਕਦੇ ਹੋ, ਕਾਫੀ ਏਰੀਆ ਹੈਗਾ। ਔਰ ਉੱਪਰ ਛੱਤ ਤੱਕ ਜਿਹੜਾ ਹੁੰਦਾ, ਛੱਤ 'ਤੇ ਕੁਛ ਨਹੀਂ ਬਣਿਆ, ਸਿਰਫ ਇਹ ਨੀਚੇ ਵਨ ਰੂਮ ਬਣਿਆ, ਉੱਪਰ ਟੂ ਰੂਮ ਸੈੱਟ ਬਣਿਆ। ਡਿਊਪਲੈਕਸ ਹਾਊਸ ਹੈ, ਅੰਦਰੋਂ ਸੀੜੀ ਦਿੱਤੀ ਹੋਈ ਹੈ। ਮੈਂ ਪ੍ਰਾਈਸ ਡਿਸਕ੍ਰਿਪਸ਼ਨ 'ਤੇ ਮੈਨਸ਼ਨ ਕੀਤੀ ਹੈ, ਨੈਗੋਸ਼ੀਏਬਲ ਹੈ। ਤੁਹਾਨੂੰ ਅਗਰ ਬੈਸਟ ਪ੍ਰਾਈਸ ਚਾਹੀਦੀ ਹੈ ਇਸ ਕੋਠੀ ਦੀ, ਤਾਂ ਮੇਰੇ ਨੰਬਰਾਂ 'ਤੇ ਕਾਲ ਕਰ ਲਿਓ, ਮੈਂ ਤੁਹਾਨੂੰ ਬੈਸਟ ਪ੍ਰਾਈਸ ਜਿਹੜੀ ਹੈਗੀ ਇਸ ਕੋਠੀ ਦੀ ਦੱਸ ਦਾਂਗਾ ਦੋਸਤੋ। ਅਤੇ ਦੋਸਤੋ, ਇਸੀ ਤਰ੍ਹਾਂ ਇਹ ਆ ਗਿਆ ਆਪਣਾ ਡਰਾਇੰਗ ਰੂਮ ਸਪੇਸ। ਹੁਣ ਆਪਾਂ ਬਾਹਰ ਚੱਲ ਕੇ ਮੈਂ ਦਿਖਾ ਦਿੰਦਾ ਇਹਦਾ ਵਿਊ। ਜਿਵੇਂ ਮੈਂ ਬਾਹਰ ਐਂਟਰ ਹੁੰਦਾ, ਇਹ ਆਪਣਾ ਆ ਗਿਆ। ਅਤੇ ਦੋਸਤੋ, ਇਹ ਆ ਗਈ ਆਪਣੀ 125 ਗਜ਼ ਦੀ ਡਿਊਪਲੈਕਸ ਹਾਊਸ। ਅਤੇ ਦੋਸਤੋ, ਅਗਰ ਇਸ ਕੋਠੀ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਮੈਨੂੰ ਕਾਲ ਕਰਿਓ। ਇਹ ਸੰਨੀ ਇਨਕਲੇਵ ਦੇ ਵਿੱਚ ਅਵੇਲੇਬਲ ਹੈ, ਸੈਕਟਰ 125 ਦੇ ਵਿੱਚ, ਪ੍ਰਾਈਮ ਲੋਕੇਸ਼ਨ ਦੇ ਵਿੱਚ ਅਵੇਲੇਬਲ ਹੈ, ਨੀਅਰ ਬਾਏ ਪਾਰਕ। ਉਮੀਦ ਕਰਦਾ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ। ਮੈਨੂੰ ਸਬਸਕ੍ਰਾਈਬ, ਲਾਈਕ ਜ਼ਰੂਰ ਕਰਿਓ, ਤੁਹਾਡੇ ਸਪੋਰਟ ਅਤੇ ਆਸ਼ੀਰਵਾਦ ਦੀ ਲੋੜ ਹੈਗੀ ਦੋਸਤੋ। ਉਮੀਦ ਕਰਦਾ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ। ਆਪਾਂ ਫਿਰ ਮਿਲਦੇ ਇੱਕ ਨਵੀਂ ਵੀਡੀਓ ਨਾਲ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ, ਧੰਨਵਾਦ ਜੀ।